खडूर साहब च अपने कोठियां दियां छत्तां पवाउण संबंधी पा रहे हतरले दानी सज्जना नूं एक गरीब परिवार। जी सिंह प्रेस न्यूज संचालक जस्त नवाला, बाबा गुरविंदर सिंह चंडेर महापुरखां अते गोबिंद सिंह मान सरहाली कलां वल्लों मिली जानकारी मुताबिक पत्रकार जसबीर सिंह दी रिपोर्ट। उन्हां दस्सिया कि जिला तरन तारण च पैंदे खडूर साहब विखे अत गरीबी च जी रहा एक गरीब परिवार, जिन्हां दे कोठियां दियां छत्तां अज तक उन्हां तों नहीं पै रहियां। ਉਹਨਾਂ ਸਮਾਜ ਦੇ ਦਾਨੀ ਸੱਜਣਾ ਨੂੰ ਅਤੇ ਸਰਕਾਰਾਂ ਦੇ ਅਹਲਾ ਅਧਿਕਾਰੀਆਂ ਨੂੰ ਤਰਲਾ ਪਾਉਂਦੇ ਹੋਏ ਬੇਨਤੀਆਂ ਕਰਦੇ ਹੋਏ ਸਾਡੇ ਜੀ ਸਿੰਘਾ ਚੈਨਲ ਰਾਹੀਂ ਕਿਹਾ ਹੈ, ਅਸੀਂ ਅਤ ਗਰੀਬੀ ਵਿੱਚ ਜੀ ਰਹੇ ਹਾਂ, ਕਿਰਪਾ ਕਰਕੇ ਸਾਡੀ ਮਾਲੀ ਸਹਾਇਤਾ ਕਰਕੇ ਸਾਡੇ ਕੋਠਿਆਂ ਦੀਆਂ ਛੱਤਾਂ ਪਵਾਈਆਂ ਜਾਣ, ਅਸੀਂ ਆਪ ਜੀ ਦੇ ਅਤਿ ਧੰਨਵਾਦੀ ਹੋਵਾਂਗੇ। ਉਹਨਾਂ ਇਹ ਵੀ ਦੱਸਿਆ ਕਿ ਸਾਡੇ ਘਰ ਦੇ ਮੁਖੀ ਨੂੰ ਬਿਮਾਰੀ ਨੇ ਘੇਰਿਆ ਹੈ, ਅਸੀਂ ਉਹਨਾਂ ਦੀ ਬਿਮਾਰੀ ਦੇ ਇਲਾਜ ਵਿੱਚ ਉੱਜੜਦੇ ਜਾ ਰਹੇ ਹਾਂ, ਇਸ ਲਈ ਸਾਡੇ ਤੋਂ ਸਾਡੇ ਘਰ ਦੀਆਂ ਛੱਤਾਂ ਨਹੀਂ ਪਾਈਆਂ ਜਾ ਰਹੀਆਂ, ਸਾਡਾ ਕੋਈ ਕਾਰੋਬਾਰ ਵੀ ਨਹੀਂ ਹੈ, ਦਿਹਾੜੀ ਮਿਲਦੀ ਹੈ ਤਾਂ ਰੋਟੀ ਖਾ ਲੈਂਦੇ ਹਾਂ, ਨਹੀਂ ਤਾਂ ਭੁੱਖੇ ਰਹਿਣਾ ਪੈਂਦਾ ਹੈ। ਇੱਕ ਹੋਰ ਬੇਨਤੀ ਹੈ, ਕਿਸੇ ਅਖੌਤੀ ਝੂਠੇ ਦਾਨੀ ਨੇ ਸਾਡੀਆਂ ਛੱਤਾਂ ਢਵਾ ਕੇ ਮੁੜ ਸਾਨੂੰ ਪੁੱਛਿਆ ਤੱਕ ਨਹੀਂ ਕਿ ਤੁਸੀਂ ਕਿਵੇਂ ਰਹਿ ਰਹੇ ਹੋ। ਉਹਨਾਂ ਸਾਡੀ ਗਰੀਬੀ ਦਾ ਮਜ਼ਾਕ ਉਡਾਇਆ ਹੈ, ਇਸ ਲਈ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ, ਸਾਡੀ ਮਦਦ ਕੀਤੀ ਜਾਵੇ। ਦਾਨੀ ਸੱਜਣਾਂ ਵੱਲੋਂ ਦਾਨ ਕਰਨ ਸੰਬੰਧੀ ਉਹਨਾਂ ਦਾ ਸੰਪਰਕ ਨੰਬਰ ਸਕਰੀਨ ਤੇ ਇਸ ਤਰ੍ਹਾਂ ਹੈ, 99143490078 99143490078। ਦੱਸ ਰਹੇ ਹਨ ਸਰਦਾਰ ਜਗੀਰ ਸਿੰਘ ਜੀ ਅਤੇ ਉਹਨਾਂ ਦੇ ਸੁਪਤਨੀ ਬੀਬੀ ਤਜਿੰਦਰ ਕੌਰ ਜੀ। ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ। ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ, ਸਰਬਜੀਤ ਸਿੰਘ ਸਾਬੀ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ, ਗੋਬਿੰਦ ਸਿੰਘ ਮਾਨ ਸਰਹਾਲੀ ਕਲਾਂ, ਸਰਦਾਰ ਕਾਰਜ ਸਿੰਘ ਬ੍ਰਹਮਪੁਰਾ, ਸਰਦਾਰ ਕੇਵਲ ਸਿੰਘ ਫੌਜੀ ਕਿਰਤੋਵਾਲ। ਜਗਰੀਤ ਸਿੰਘ ਜੀ, ਜਦੋਂ ਘਰ ਢੱਠਾ ਵਾ ਤੁਹਾਡਾ, ਤੇ ਤੁਸੀਂ ਇਹਨੂੰ ਬਣਾਇਆ ਕਿਉਂ ਨਹੀਂ ਜੀ? ਆਪਣੇ ਬੇਰੋਜ਼ਗਾਰ ਹੋਣ ਦੇ ਕਾਰਨ, ਅਤਿ ਗਰੀਬੀ ਹੋਣ ਦੇ ਕਾਰਨ ਤੇ ਘਰ ਨਹੀਂ ਸਾਡੇ ਕੋਲ ਬਣ ਸਕਿਆ, ਤੇ ਨਾ ਹੀ ਇੰਨੀ ਸਮਰੱਥਾ ਵੀ ਮਤਲਬ ਘਰ ਨਹੀਂ ਬਣਾ ਸਕਦੇ। ਅੱਛਾ, ਤੁਹਾਡੇ ਕੋਲ ਕਾਰੋਬਾਰ ਕੋਈ ਨਹੀਂ, ਬੇਰੁਜ਼ਗਾਰ ਹੋ? ਹਾਂਜੀ ਹਾਂਜੀ। ਕੋਈ ਹੋਰ ਵੀ ਸਹਾਰਾ ਨਹੀਂ ਕੰਮ ਦਾ ਜੋ ਤੁਸੀਂ ਘਰ ਬਣਾ ਸਕੋ? ਹਾਂਜੀ। ਇਸ ਕਰਕੇ ਸਮਾਜ ਦੇ ਮੋਢਵਾਰਾਂ ਨੂੰ, ਸਮਾਜ ਦੇ ਸਮਾਜ ਸੇਵੀਆਂ ਨੂੰ ਅਤੇ ਸਰਕਾਰਾਂ ਨੂੰ, ਸਾਡੀਆਂ ਨੂੰ, ਇਲਾਕੇ ਦੇ ਮੋਢਵਾਰਾਂ ਨੂੰ ਕੋਈ ਕਹਿਣਾ ਚਾਹੋਗੇ ਦਾਨੀ ਸੱਜਣਾਂ ਨੂੰ ਕਿ ਸਾਰਾ ਘਰ ਬਣਾਇਆ ਜਾਵੇ, ਕਿਸੇ ਕਾਰਨ ਜੋ ਘਰ ਟੁੱਟ ਚੁੱਕਾ ਹੈ ਉਹਨੂੰ ਵਧੀਆ ਢੰਗ ਨਾਲ ਬਣਾਇਆ ਜਾਵੇ? ਤੁਸੀਂ ਇਸ ਵਕਤ ਕਿਰਾਏ 'ਤੇ ਰਹਿ ਰਹੇ ਹੋ ਜਾਂ ਕਿੱਥੇ ਰਹਿ ਰਹੇ ਹੋ? ਵਾਹਿਗੁਰੂ, ਅਸੀਂ ਕਿਰਾਏ 'ਤੇ ਰਹਿ ਰਹੇ ਹਾਂ, 4-5 ਮਹੀਨੇ ਹੋਏ ਆ ਧੱਕੇ ਖਾਂਦੇ ਕਿਰਾਏ 'ਤੇ। ਅਸੀਂ ਤਾਂ ਇਹੋ ਹੀ ਆਪਣਾ ਇਹ ਸਾਰਿਆਂ ਕੋਲ ਰਿਕੁਐਸਟ ਕਰਦੇ, ਸਾਰਿਆਂ ਕੋਲ ਇਹੋ ਹੀ ਆਪਣਾ ਬੇਨਤੀ ਕਰਦੇ ਹਾਂ ਵੀ ਦਾਸ ਦਾ ਘਰ ਬਣਾਇਆ ਜਾਵੇ, ਮਦਦ ਕੀਤੀ ਜਾਵੇ, ਅਤੇ ਕਿਉਂਕਿ ਅਸੀਂ ਆਪਣੇ ਘਰ ਬਹਿ ਸਕੀਏ। ਆਪ ਜੀ ਦੀ ਦਾਨੀ ਸੱਜਣਾ ਵੱਲੋਂ, ਸਾਡੇ ਸਮਾਜ ਦੀ ਸਰਕਾਰਾਂ ਦੇ ਮੋਢਵਾਰਾਂ ਵੱਲੋਂ ਆਪ ਜੀ ਦੀ ਮਦਦ ਕੀਤੀ ਜਾਵੇ, ਤੁਹਾਡੇ ਕੋਠੇ 'ਤੇ ਛੱਤਾਂ ਪੈਣ ਵਾਲੀਆਂ ਹੈ, ਕਿਸੇ ਵੀ ਤਰੀਕੇ ਨਾਲ ਛੱਤਾਂ ਪਾਈਆਂ ਜਾਣ, ਜਾਂ ਸਮਾਜ ਦੇ ਦਾਨੀਆਂ ਵੱਲੋਂ, ਜਾਂ ਸਰਕਾਰਾਂ ਦੇ ਮੋਢਵਾਰਾਂ ਵੱਲੋਂ, ਜਾਂ ਸਰਕਾਰ ਵੱਲੋਂ ਜੋ ਆਉਂਦਾ ਗਰੀਬਾਂ ਦਾ ਹੱਕ ਉਹਦੇ ਵਾਸਤੇ ਤੁਹਾਡੇ ਕੋਠੇ ਬਣਾਏ ਜਾਣ। ਜੋ ਕਿਵੇਂ ਬਿਜਲੀ ਦੇ ਬਿੱਲ ਕੱਢਦੇ ਜੋ, ਕਿਵੇਂ ਕਿਰਾਇਆ ਦਿੰਦੇ ਹੋ ਆਪਣਾ ਘਰ ਦਾ? ਵਾਹਿਗੁਰੂ ਜੀ, ਦਸ ਥੋੜ੍ਹਾ ਬਹੁਤਾ ਇਸ ਤਰ੍ਹਾਂ ਆਪਣਾ ਕੰਮ ਮਿਲਦਾ ਤੇ ਕਰਦੇ ਜੋ, ਨਹੀਂ ਮਿਲਦਾ ਤੇ ਵਿਹਲੇ ਬਹਿੰਦੇ ਜੋ, ਰੋਟੀ ਪਾਣੀ ਖਾਣਾ ਔਖਾ ਹੋ ਜਾਂਦਾ। ਹਾਂਜੀ ਬੀਬੀ ਜੀ, ਕੀ ਨਾਮ ਤੁਹਾਡਾ? ਤਜਿੰਦਰ ਕੌਰ। ਇਹ ਤੁਹਾਡੇ ਪਤੀ ਹਨ ਜੋ ਦੱਸ ਰਹੇ ਨੇ? ਹਾਂਜੀ। ਇਹ ਇਹ ਜੋ ਘਰ ਦਾ ਢੱਠਾ ਹੈ, ਇਹਦੇ ਬਾਰੇ ਜਿਵੇਂ ਦੱਸ ਰਹੇ ਨੇ ਤੁਹਾਡੇ ਪਤੀ, ਤੁਸੀਂ ਦੱਸਣਾ ਚਾਹੋ ਕਿਵੇਂ ਢੱਠ ਗਿਆ ਘਰ? ਢੱਠਿਆ, ਛੱਤਾਂ ਪਹਿਲਾਂ ਮਾੜੀਆਂ ਸੀ ਤੇ ਮੀਂਹ ਕਾਰਨ ਛੱਤਾਂ ਡਿੱਗ ਗਈਆਂ ਸੜੀਆਂ। ਅੱਛਾ, ਡਿੱਗ ਗਈਆਂ। ਹਾਂਜੀ। ਤੇ ਤੁਹਾਡੀ ਕੋਈ ਮਦਦ ਨਹੀਂ ਕਿਸੇ ਨੇ ਕੀਤੀ ਅੱਜ ਤੱਕ ਆਣ ਕੇ? ਨਾ, ਕਿਸੇ ਨੇ ਨਹੀਂ ਸਾਡੀ ਮਦਦ ਕੀਤੀ, ਅਸੀਂ ਕਈਆਂ ਨੂੰ ਕਿਹਾ ਪਰ ਕਿਸੇ ਨੇ ਨਹੀਂ ਕੀਤਾ। ਅੱਛਾ, ਹੁਣ ਤੁਸੀਂ ਕਹਿਣਾ ਚਾਹੁੰਦੇ ਸਮਾਜ ਦੇ ਦਾਨੀ ਸੱਜਣਾਂ ਨੂੰ ਅਤੇ ਸਮਾਜ ਦੀਆਂ ਸਰਕਾਰਾਂ ਨੂੰ, ਉਹਨਾਂ ਦੇ ਮੋਢਵਾਰਾਂ ਨੂੰ ਕਹਿਣਾ ਚਾਹੋਗੇ ਤੁਹਾਡੇ ਘਰ ਨੂੰ ਸਵਾਇਆ ਜਾਵੇ, ਬਣਾਇਆ ਜਾਵੇ, ਛੱਤ ਪਵਾਈ ਜਾਵੇ? ਬਣਾਇਆ ਜਾਵੇ, ਅਸੀਂ ਤਾਂ ਬਹੁਤ ਰੋਟੀ ਤੋਂ ਵੀ ਆਤਰ ਹੋਏ ਹਾਂ, ਇਹਨਾਂ ਦੇ ਪ੍ਰਸ਼ਨ ਹੋਏ 2-3। ਅੱਛਾ ਜੀ, ਤੁਹਾਡਾ ਸਾਹਮਣੇ ਬੇਟਾ ਹੈ ਜੋ ਖੜਾ ਹੈ? ਹਾਂਜੀ। ਇਹ ਕੀ ਕਰ ਰਹੇ ਨੇ ਇਸ ਵਕਤ? ਇਹ ਪੜ੍ਹਦੇ ਹੀ ਹੈ। ਪੜ੍ਹਦੇ ਕਿਹੜੀ ਕਲਾਸ 'ਚ? ਕਲਾਸ 2 'ਚ ਪੜ੍ਹਦਾ। ਸਤਪਾਲ ਸਿੰਘ ਜੋ ਖੜੋ ਸਾਹਿਬ ਵਿੱਚ ਪੜ੍ਹਦੇ ਸਰਕਾਰੀ ਸਕੂਲੇ। ਜਗਜੀਤ ਸਿੰਘ ਜੀ, ਮੈਂ ਪੱਤਰਕਾਰ ਜਸਵੀਰ ਸਿੰਘ, ਯੋਗ ਲੈਸਦ, ਤੁਹਾਡਾ ਫੋਨ ਨੰਬਰ ਕੀ ਹੈ ਜੀ? 99143-90078 99143-90078 ਇਹ ਤੁਹਾਡਾ ਨੰਬਰ ਹੈ। ਹਾਂਜੀ।
ਦੁਬਾਰਾ ਬੋਲੋ ਜੀ 9914390078 99143390078 99143090078 ਤੁਹਾਡਾ ਨੰਬਰ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਅੱਧੀ ਗਰੀਬੀ ਹੇਠ ਜੀ ਰਹੇ ਨੇ ਵੀਰ ਜੀ, ਇਹਨਾਂ ਦਾ ਪਰਿਵਾਰ ਸਾਹਮਣੇ ਖੜਾ ਹੈ। ਆਹ ਵੇਖੋ ਛੱਤਾਂ ਢੱਡੀਆਂ ਨੇ। ਜੋ ਮੈਂ ਨੰਬਰ ਪਾ ਰਿਹਾ ਸਕਰੀਨ 'ਤੇ, ਇਹ ਇਹਨਾਂ ਦਾ ਨੰਬਰ ਹੈ। ਜੇ ਕੋਈ ਦਾਨੀ ਸੱਜਣ ਦਾਨ ਕਰਦਾ ਹੈ, ਇਸ ਜਗ੍ਹਾ 'ਤੇ ਦਾਨ ਕਰਨਾ ਬਣਦਾ ਹੈ, ਕਿਉਂਕਿ ਗਰੀਬੀ ਦੇ ਵਿੱਚ ਜੀ ਰਹੇ ਨੇ। ਗੁਰੂ ਦੇ ਘਰੋਂ ਇੱਕ ਆਵਾਜ਼ ਹੈ, ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੈ। ਜੇ ਗਰੀਬ ਦੁਖੀ ਹਨ ਤਾਂ ਸਾਨੂੰ ਦਾਨ ਕਰਨ ਦਾ ਗੋਲਕਾਂ ਵਿੱਚ ਪਾਉਣ ਦਾ ਕੋਈ ਫਾਇਦਾ ਨਹੀਂ। ਜੇ ਗਰੀਬ ਸਾਡੇ ਆਲੇ ਦੁਆਲੇ ਦੇ ਦੁਖੀ ਹਨ, ਭੁੱਖੇ ਰਹਿੰਦੇ ਹਨ, ਬੇਘਰ ਹਨ, ਜਿਨ੍ਹਾਂ ਦੇ ਸਿਰਾਂ 'ਤੇ ਛੱਤਾਂ ਨਹੀਂ ਹੈ, ਜਿਹੜੇ ਵਿਚਾਰੇ ਗੁਜ਼ਾਰਾ ਕਰਨ ਤੋਂ ਵੀ ਆਤਰ ਹੈ, ਉਹਨਾਂ ਦੀ ਮਦਦ ਕਰਨੀ ਜ਼ਰੂਰੀ ਹੈ। ਆਪ ਜੀ ਸਮਾਜ ਦੇ ਦਾਨੀ ਸੱਜਣ ਅਤੇ ਸਰਕਾਰਾਂ ਦੇ ਮੋਢ ਬਾਰ, ਉਹਨਾਂ ਨੂੰ ਬੇਨਤੀ ਹੈ। ਇਸ ਸਕਰੀਨ 'ਤੇ ਵੀਰ ਜੀ ਦਾ ਨੰਬਰ ਹੈ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦੀ ਜੋ ਵੀ ਮਾਲੀ ਮਦਦ ਹੋ ਸਕੇ ਇਹਨਾਂ ਦੀ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪੱਤਰਕਾਰ ਜਸਵੀਰ ਸਿੰਘ ਚੱਲਦਾ ਹਾਂ, ਸਮੇਂ ਅਨੁਸਾਰ ਆਪਦੀ ਮਦਦ ਲਈ ਆਉਂਦੇ ਰਹਾਂਗੇ। ਅੱਛਾ, ਆਹ ਬੱਦਰੀ ਬਾਲੇ ਟੁੱਟੇ ਹੋਏ ਨੇ। ਅੱਛਾ ਜੀ, ਇਸ ਵਕਤ ਤੁਸੀਂ ਕਿਹੜੀ ਜਗ੍ਹਾ ਰਹਿ ਰਹੇ? ਆਹ ਜੋ ਕਮਰਾ ਹੈ, ਇਹਦੇ ਵਿੱਚ ਰਹਿ ਰਹੇ ਹੋ? ਹਾਂਜੀ ਜੀ, ਇਹ ਪਹਿਲਾਂ ਇੱਥੇ ਕਮਰੇ ਕਿਰਾਏ 'ਤੇ, ਮਤਲਬ ਪਹਿਲਾਂ ਦਿੱਤੇ ਆ ਹਰੇ। ਅੱਛਾ, ਪ੍ਰਾਈਵੇਟ ਸਕੂਲ ਦੀ ਬਿਲਡਿੰਗ ਆ, ਇਸ ਦੇ ਮਾਲਕ ਨੇ ਇੱਥੇ ਕਿਰਾਏ 'ਤੇ ਕਮਰੇ ਤੁਹਾਨੂੰ ਦਿੱਤੇ। ਕਿੰਨਾ ਕਿਰਾਇਆ ਦੇ ਰਿਹਾ? 1000 ਰੁਪਈਆ ਕਿਰਾਇਆ ਦੇ ਰਿਹਾ। ਅੱਛਾ, ਬਿਜਲੀ ਬਿੱਲ ਜੀ? ਜੀ ਸਿੰਘਾ ਟੀਮ ਅਤੇ ਜਸ ਧੁੰਨਾ ਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ, ਟ੍ਰੈਫਿਕ ਨਿਯਮਾਂ ਨੂੰ ਅਪਣਾਓ, ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ, ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ, ਕਿਉਂਕਿ ਸੜਕ 'ਤੇ ਆਵਾਜਾਈ ਲੋਕ ਸਾਡੇ ਆਪਣੇ ਹਨ। ਕਰ ਭਲਾ ਸੋ ਹੋ ਭਲਾ, ਅੰਤ ਭਲੇ ਦਾ ਭਲਾ। ਪਿਆਰੇ ਦਰਸ਼ਕੋ, ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ, ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ। ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ, ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ HD ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ਹੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9726235913, 9793194462।